ਤੇ ਤੀਸਰੀ ਕੁਰਬਾਨੀ ਹੈ ਸੁਧਾਰ ਦੀ ਕੁਰਬਾਨੀ। ਆ ਚਿੱਟੀ ਰੋਡ ਦੇ ਉੱਤੇ ਮੁੱਛਲ ਪਿੰਡ ਮੁੱਛਲ ਤੁਹਾਡੀ ਸੰਗਤ ਦਾ ਯੂਨਿਟ ਹੈ ਗੁਰੂ ਦੀ ਕਿਰਪਾ ਨਾਲ। ਭਾਈ ਬਲਵੀਰ ਸਿੰਘ ਨੇ ਉਹਨਾਂ ਨੇ 8-10 ਮੁੰਡਿਆਂ ਦਾ ਜਥਾ ਬਣਾਇਆ ਤੇ ਹਫ਼ਤੇ ਵਿੱਚ 2 ਦਿਨ ਕੱਢਦੇ ਨੇ ਪਿੰਡਾਂ ਦੇ ਗੁਰਦੁਆਰਿਆਂ 'ਚ ਜਾਂਦੇ ਨੇ ਤੇ ਜਿਸ ਪਿੰਡ 'ਚ ਵੀ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰੇ 'ਚ ਅਲਮਾਰੀ 'ਚ ਬੰਦ ਕਰਦੇ ਨਾ ਤੇ ਉਹ ਭਾਈ ਸਾਹਿਬ ਨੂੰ ਨਾ ਹੱਥ ਜੋੜ ਕੇ ਕਹਿੰਦੇ ਸਖ਼ਤੀ ਨਾਲ ਨਹੀਂ ਧਿਆਨ ਦੇਣਾ, ਹੱਥ ਜੋੜ ਕੇ ਕਹਿੰਦੇ ਨੇ ਕਿ ਭਾਈ ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਅਲਮਾਰੀ 'ਚ ਨਾ ਬੰਦ ਕਰ, ਕੁਝ ਪੈਸੇ ਅਸੀਂ ਪਾਉਂਦੇ ਹਾਂ ਕੁਝ ਗੁਰਦੁਆਰੇ ਕੋ ਪਵਾ ਤੇ ਸੁਖ ਆਸਣ ਬਣਾ। ਹੱਕ ਸਤਨਾਮ। ਸੁਧਾਰ ਦੀ ਕੁਰਬਾਨੀ ਧਿਆਨ ਦੇਣਾ ਬੜੀ ਔਖੀ ਹੈ, ਕਈ ਵਾਰੀ ਸੁਣਨੀ ਵੀ ਪੈਂਦੀ। ਆਪ ਤਰਖਾਣ ਹੈ ਉਹ ਤਰਖਾਣ, ਆਪਣੀ ਦਿਹਾੜੀ ਚੋਂ ਹਿੱਸਾ ਕੱਢਦਾ ਕਿਸੇ ਗੁਰਦੁਆਰੇ ਸੁਖਾਸਨ ਬਣਾ ਕੇ ਦੇ ਕੇ ਤੇ ਇੱਕੋ ਜਿਹੇ ਲੋੜ ਇਹਦੀ ਵੀ ਕਈਆਂ ਨੂੰ ਪਤਾ ਹੀ ਨਹੀਂ। ਉਸੇ ਪੀੜ੍ਹੇ 'ਤੇ ਪ੍ਰਕਾਸ਼ ਕਰਦੇ ਨੇ, ਉਸੇ ਪੀੜ੍ਹੇ 'ਤੇ ਹੀ ਸੁਖਾਸਨ। ਜਦੋਂ ਕੋਈ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੁਧਾਰ ਲਈ, ਇਹ ਸੁਧਾਰ ਦੀ ਕੁਰਬਾਨੀ ਹੈ, ਇਹਦੇ 'ਚ ਸੁਣਨੀ ਨਹੀਂ ਪੈ ਜਾਂਦੀ। ਕਈ ਪਿੰਡਾਂ 'ਚ ਜਾਂਦੇ ਨੇ ਤੇ ਨਿੱਕੀਆਂ ਨਿੱਕੀਆਂ ਲੀਰਾਂ ਦੇ ਗਾਂਢੇ ਕੱਟ ਲਾ ਲਾ ਕੇ ਤੇ ਚੰਦੋਆ ਬਣਾਇਆ ਹੁੰਦਾ। ਹੱਕ ਸਤਨਾਮ। ਉਹਨਾਂ ਨੂੰ ਬੇਨਤੀ ਕਰਦੇ ਵੀ ਆ ਲਓ ਕੁਝ ਮਾਇਆ ਅਸੀਂ ਕੁਝ ਤੁਸੀਂ ਕਰੋ, ਗੁਰੂ ਸਾਹਿਬ ਦਾ ਸੋਹਣਾ ਜਿਹਾ ਚੰਦੋਆ ਬਣਾਓ। ਮੇਰੇ ਗੁਰੂ ਦੀ ਜਿੱਥੇ ਨਰਾਦਰੀ ਹੋ ਰਹੀ ਹੈ, ਪ੍ਰੇਮ ਨਾਲ ਸੁਧਾਰ ਹੋ ਜੇ, ਸਖਤੀ ਨਾਲ ਨਹੀਂ, ਪ੍ਰੇਮ ਨਾਲ। ਆ ਤੁਹਾਡੇ ਅੰਮ੍ਰਿਤਸਰ ਵਿੱਚ ਕਈ ਅਸਥਾਨ ਨੇ, ਕਿਉਂਕਿ ਤੁਹਾਡਾ ਇੱਕ ਯੂਨਿਟ ਹੈ ਜਿਹੜਾ ਬਿਰਧ ਸਰੂਪ ਇਕੱਤਰ ਕਰਦਾ ਗੁਰੂ ਦੀ ਕਿਰਪਾ। ਅੰਮ੍ਰਿਤਸਰ 'ਚ ਕਈ ਗੁਰਦੁਆਰੇ ਸੀ ਜਿੱਥੇ 5-5, 6-6 ਸਰੂਪ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਰੱਖੇ ਪਤਾ ਕਿਵੇਂ ਸੀ, ਇੱਕ ਉੱਤੇ ਦੂਜਾ, ਦੂਜੇ ਤੇ ਤੀਜਾ, ਤੀਜੇ ਤੇ ਚੌਥਾ। ਸਤਨਾਮ। ਅੱਜ ਉੱਥੇ ਸੋਹਣੇ ਸੁਖਾਸਨ ਬਣੇ ਹੋਏ ਨੇ ਸੁਧਾਰ। ਕਿਸੇ ਦੇ ਅੰਦਰ ਭਾਵਨਾ ਜਗਾ ਦੇਣੀ, ਪ੍ਰਤੀਤ ਜਗਾ ਦੇਣੀ, ਕਿਉਂਕਿ ਜਿਹੜਾ ਪਿੰਡ ਪਿੰਡ ਉਹ ਜਾ ਕੇ ਇਸ ਵੇਲੇ ਸੁਧਾਰ, ਇਹੋ ਹੀ ਤੇ ਲੋੜ ਹੈ ਸਮੇਂ ਦੀ। ਕੀਰਤਨ ਕੀਤਾ, ਰੋਲਾ ਪਾਇਆ, ਗਏ ਇੱਕ ਅਗਲੇ ਦੇ ਅੰਦਰ ਪ੍ਰੇਮ ਨਾਲ ਵੜ ਕੇ ਅਗਲੇ ਨੂੰ ਚੇਂਜ ਕਰ ਦੇਣਾ, ਕਮਾ ਲੈ ਬੰਦਾ ਆਪਣੀ ਰੋਟੀ ਕਮਾਵੇ, ਰੋਟੀ ਖਾਵੇ, ਏਡੇ ਫਿਕਰ ਕਿ ਜਿਹਦੇ ਤੇ ਗੁਰੂ ਕਿਰਪਾ ਕਰੇ। ਆਖੋ ਸਤਨਾਮ। ਦਿੱਲੀ ਦੇ ਇੱਕ ਪ੍ਰੇਮੀ ਨੇ ਸਾਧ ਸੰਗਤ, ਤੁਹਾਡੀ ਸੰਗਤ ਦੇ ਸਤਿੰਦਰ ਸਿੰਘ ਨਾਂ ਹੈ, ਇਲਾਕੇ ਦਾ ਮੈਂ ਨਾਂ ਨਹੀਂ ਲੈਂਦਾ, ਉਹਨਾਂ ਦੇ ਇਲਾਕੇ 'ਚ ਇੱਕ ਗੁਰਦੁਆਰਾ, ਉਹ ਭਾਈ ਸਤਿੰਦਰ ਸਿੰਘ ਵੀ ਨਾ ਆਸ਼ਕ ਨੇ, ਗੁਰੂ ਦੇ ਆਸ਼ਕ, ਕਾਰੋਬਾਰੀ, ਲੱਖਾਂ ਪਤੀ,
ਗੁਰਦੁਆਰਾ ਵੀ ਬਹੁਤ ਵੱਡਾ, ਦੂਣੀ ਤੀਣੀ ਗਰਾਊਂਡ ਹੈ ਬਾਹਰ ਕਾਰਾਂ ਲਾਉਣ ਵਾਸਤੇ, ਕਿਰਪਾ। ਉਹਨਾਂ ਨੇ ਆਪਣੇ ਗੁਰਦੁਆਰੇ ਦੀ ਕਮੇਟੀ ਨੂੰ, ਭਾਈ ਸਾਹਿਬ ਨੂੰ, ਸਭ ਨੂੰ ਬੇਨਤੀ ਕੀਤੀ ਗੁਰੂ ਦੇ ਸਤਿਕਾਰ ਲਈ। ਪਤਾ ਕੀ ਕਹਿੰਦੇ, ਆਪਾਂ ਹਫ਼ਤੇ 'ਚ ਇੱਕ ਦਿਨ ਰੱਖਿਆ ਕਰੀਏ ਆਪਣੇ ਗੁਰਦੁਆਰੇ 'ਚ, ਜਿੰਨੇ ਸਰੂਪ ਨੇ 5-6 ਉਹਨਾਂ ਦੇ ਇੱਕ ਇੱਕ ਅੰਗ ਦੀ ਸੇਵਾ ਕਰਿਆ ਕਰੀਏ। ਹੱਕ ਸਤਨਾਮ ਗੁਰੂ ਦੇ ਸਤਿਕਾਰ ਲਈ। ਮੈਂ ਕਿਹਾ ਇਹ ਕਿਉਂ ਤੁਸੀਂ ਸ਼ੁਰੂ ਕਰਾਇਆ? ਕਹਿੰਦੇ ਹਫ਼ਤੇ 'ਚ 2-3 ਖੰਡ ਪਾਠ ਜਿਹੜੇ ਸਾਡੇ ਗੁਰਦੁਆਰੇ ਹੁੰਦੇ ਨੇ, ਕਹਿੰਦੇ ਜਦੋਂ ਖੰਡ ਪਾਟ ਹੁੰਦਾ ਤੇ ਕਈ ਅੰਗਾਂ ਦੇ ਵਿੱਚ ਫੁੱਲ ਆ ਜਾਂਦੇ ਨੇ, ਸਿਹਰਿਆਂ ਤੇ ਜਿਹੜਾ ਤਿਲ ਜਾਂ ਤੀਲਾ ਲੱਗਾ ਹੁੰਦਾ ਸੁਨਹਿਰੀ ਜਾਂ ਕਈਆਂ ਚੋਂ ਉਹ, ਤੇ ਕਹਿੰਦੇ ਜਦੋਂ ਹਫ਼ਤੇ ਬਾਅਦ ਅਸੀਂ ਪੀੜੇ ਦੇ ਉੱਤੇ ਕਰਕੇ ਨਾ ਪ੍ਰਕਾਸ਼ ਇੱਕ ਇੱਕ ਅੰਗ ਦੀ, ਦੂਜੇ ਪੀੜੇ ਦੇ ਦੂਜਾ ਸੇਵਾ ਕਰ ਰਿਹਾ, ਨਾਲ ਸਿਮਰਨ ਕਰ ਰਿਹਾ, ਕਹਿੰਦੇ ਕਈ ਅੰਗਾਂ ਚੋਂ ਗੁਰੂ ਸਾਹਿਬ ਦੇ ਫੁੱਲ ਨਿਕਲਦੇ ਨੇ, ਕਈ ਅੰਗਾਂ ਵਿੱਚੋਂ ਥੋੜੀ ਥੋੜੀ ਕਿਰਕ ਨਿਕਲ ਆਉਂਦੀ, ਕਈ ਅੰਗਾਂ ਚੋਂ ਸਿਹਰੇ ਦੇ ਜਿਹੜੇ ਸੁਨਹਿਰੀ ਜੇ ਤਿਲ ਜੇ ਉਹ ਨਿਕਲ ਆਉਂਦੇ ਨੇ। ਕਹਿੰਦੇ ਜਦੋਂ ਦੀ ਇਹ ਸੇਵਾ ਸ਼ੁਰੂ ਕੀਤੀ ਹੈ ਤੇ ਸਾਰੇ ਇੰਨੇ ਖੁਸ਼ ਨੇ, ਧਿਆਨ ਦੇਣਾ, ਨਾ ਵੀ ਕਰੋ ਤੇ ਕੋਈ ਨੀ, ਇੱਕ ਚਾਹ ਹੈ ਨਾ ਕਿ ਸਾਰੇ 1430 ਅੰਗਾਂ ਦੀ ਇੱਕ ਦਿਨ ਹਫ਼ਤੇ ਚੋਂ ਚੁਣ ਲਿਆ, ਇੱਕ ਗ੍ਰਿਸਤੀ ਲੋਕ, ਲੱਖਾਂ ਪਤੀ ਲੋਕ ਘਰਾਂ 'ਚ ਆ ਕੇ ਚਾਹ ਨਾਲ ਸੇਵਾ ਕਰਦੇ ਨੇ, ਇਹ ਵੀ ਇੱਕ ਕੁਰਬਾਨੀ ਹੈ। ਉਹ ਅਵਸਥਾ ਨਹੀਂ ਆਈ ਸਿਰ ਦੇਤਾ ਗੁਰੂ ਕੇ ਦੁਆਰੇ ਲਈ, ਪਰ ਸੁਧਾਰ ਦੇ ਲਈ। ਆਖੋ ਸਤਨਾਮ, ਇਹ ਵੀ ਕੁਰਬਾਨੀ ਹੈ।